ਸੁਖਵੀਰ ਬਾਦਲ ਇਹਨਾਂ ਲੋਕਾਂ ਨੇ ਇੱਕ ਦਿਨ ਰਿਲੀਜ਼ ਹੋਣ ਤੋਂ ਪਹਿਲਾਂ ਰਾਤੋ ਰਾਤ ਇਸ ਫਿਲਮ ਨੂੰ ਇਹਨਾਂ ਨੇ ਪਾਬੰਦੀ ਲਾਤੀ ਆ। ਇਹ ਸਿੱਖਾਂ ਨਾਲ ਬਹੁਤ ਹੀ ਵੱਡੀ ਧੱਕੇਸ਼ਾਹੀ ਆ। ਸਿੱਖ ਕੌਮ ਨੂੰ ਇਹ ਬਾਰ ਬਾਰ ਅਹਿਸਾਸ ਕਰਾਇਆ ਜਾ ਰਿਹਾ ਕਿ ਸਿੱਖ ਜਿਹੜਾ ਉਹ ਇਸ ਹਿੰਦੁਸਤਾਨ ਦੇ ਵਿੱਚ ਗੁਲਾਮ ਹੈ। ਸਾਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਇਹ ਕੁਛ ਫਿਰਕੂ ਲੋਕ ਜਿਹੜੀ ਸ਼ਿਵ ਸੈਨਾ ਜਾਂ ਕੋਈ ਹੋਰ ਸੰਸਥਾਵਾਂ ਹੈਗੀਆਂ, ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੀਆਂ ਜਾਇਜ਼ ਨਜਾਇਜ਼ ਜੋ ਵੀ ਸਿੱਖਾਂ ਦੀਆਂ ਜਾਇਜ਼ ਮੰਗਾਂ ਹੋਈਆਂ, ਇਹਨਾਂ ਨੇ ਹਮੇਸ਼ਾ ਹੀ ਉਸ ਚੀਜ਼ ਦੀ ਵਿਰੋਧਤਾ ਕੀਤੀ ਆ। ਸਿੱਖਾਂ ਨੇ ਚਾਹੇ ਅੰਮ੍ਰਿਤਸਰ ਦੇ ਵਿੱਚ ਚਾਹੇ ਨਸ਼ੇ ਵਿਰੁੱਧ, ਸਿਗਰਟ ਗੁਲਸ਼ੀ ਦੇ ਵਿਰੁੱਧ, ਤੰਬਾਕੂ ਦੇ ਵਿਰੁੱਧ ਮੋਰਚੇ ਲਾਏ ਆ, ਪਰ ਇਹ ਲੋਕਾਂ ਨੇ ਹਮੇਸ਼ਾ ਸਿਗਰਟ ਹਲਕ ਦੇ ਹੁਣ ਸਿਗਰਟ ਦੀ ਵੀ ਹਮਾਇਤ ਦੇ ਵਿੱਚ ਲੋਕੀ ਖੜੇ ਹੋਏ ਆ। ਜੇ ਸਿੱਖਾਂ ਨੇ ਆਪਣੀ ਯਾਦਗਾਰ ਦੀ ਉਸਾਰੀ ਦੀ ਗੱਲ ਆ ਚੁੱਕਾ, ਸਿੱਖ ਨੌਜਵਾਨ ਹੁਣ ਜਾ ਚੁੱਕਾ, ਇਹ ਤਾਂ ਚਲੋ ਜਿੰਨੇ ਵੀ ਸਾਡੇ ਫਿਲਮ ਦੇਖਣਾ ਸੀ ਉਹ ਲੋਕੀ ਆ, ਪਰ ਜਦੋਂ ਅਸੀਂ ਇਹ ਤੋਂ ਵੱਡਾ ਪ੍ਰੋਗਰਾਮ ਦੇਵਾਂਗੇ, ਸਰਕਾਰ ਨੂੰ ਇਸ ਫਿਲਮ ਤੇ ਜਲਦ ਤੋਂ ਜਲਦ ਪਾਬੰਦੀ ਚੱਕ ਲੈਣੀ ਚਾਹੀਦੀ ਆ। ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਸਰਕਾਰ ਨੂੰ ਵੀ ਭੁਗਤਣੇ ਪੈਣਗੇ। ਇੰਨੀ ਗੱਲਾਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।